ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਟਿਆਲਾ ਵਿੱਚ ਅਧਿਆਪਕਾਂ ਤੇ ਹੋਏ ਲਾਠੀ ਚਾਰਜ ਦੀ ਨਿਖੇਧੀ ਕੀਤੀ ਹੈ। ਅਨੰਦਪੁਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨ ਕੇ ਉਨ੍ਹਾਂ ਦੇ ਨਾਲ ਜ਼ਿਆਦਤੀ ਕੀਤੀ ਹੈ। ਚੀਮਾ ਦੇ ਮੁਤਾਬਕ ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀਆਂ ਮੰਗਾਂ ਤੇ ਗੌਰ ਫਰਮਾਉਣੀ ਚਾਹੀਦੀ ਹੈ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ ਔਰ ਜੋ ਕੁਛ ਅਧਿਆਪਕਾਂ ਦੇ ਨਾਲ ਇਹਨਾਂ ਨੇ ਕੀਤਾ, ਪਹਿਲਾਂ ਤਾਂ ਇਲੈਕਸ਼ਨ 'ਚ ਵਾਅਦੇ ਕਿਉਂ ਕਰਦੇ, ਫਿਰ ਵਾਅਦੇ ਕਰਕੇ ਉਹ ਤਾਂ ਪੂਰੇ ਕੀ ਕਰਨੇ ਸੀ, ਕਦੀ ਨਹੀਂ ਸੀ ਕਿਸੇ ਨੇ ਸੋਚਿਆ, ਨਾ ਅੱਜ ਤੱਕ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਦੇਸ਼ 'ਚ ਹੋਇਆ ਕਿ ਕੋਈ 45,000 'ਤੇ ਕੰਮ ਕਰਦਾ ਹੋਵੇ ਅਤੇ ਉਹਦੀ ਤਨਖਾਹ ਅਚਾਨਕ ਕੱਟ ਕੇ 15,000 ਕਰ, ਕਿਉਂਕਿ ਮਿਨੀਮਮ ਜਿਹੜੀ ਪੇ ਉਹ ਡਰਾ ਕਰ ਰਿਹਾ ਹੁੰਦਾ ਉਹ ਪ੍ਰੋਟੈਕਟ ਕਰਨੀ ਹੁੰਦੀ ਹੈ ਅਗਰ ਤੁਸੀਂ ਕੋਈ ਵੀ ਫੈਸਲਾ ਲੈਣਾ। ਹੁਣ ਜਿਹੜਾ 45,000 ਦੇ ਉੱਤੇ ਘੱਟਦਾ ਖਰਚਾ ਜਿਹਦਾ ਸੈੱਟ ਹੈ ਉਹ ਇੱਕੋਦਮ 15,000 'ਤੇ ਆਪਣੇ ਆਪ ਨੂੰ ਕਿਵੇਂ ਐਡਜਸਟ ਕਰ, ਇਸ ਲਈ ਫੈਸਲੇ ਬੜੇ ਹੱਸ ਹੋਏ ਨੇ। ਇੱਦਾਂ ਪੈਸੇ ਬਚਾ ਕੇ ਖਜ਼ਾਨਾ ਨਹੀਂ ਭਰਿਆ ਜਾ ਸਕਦਾ। ਜਿਹੜੀ ਜ਼ਿੰਮੇਵਾਰੀ ਹੈ ਕਿ ਜੋ ਪੇ ਉਹ ਡਰਾ ਕਰਦੇ ਆ ਉਸ ਤੋਂ ਅੱਗੇ ਤੁਸੀਂ ਵਧਾਉਣੀ ਹੈ ਕਿ ਨਹੀਂ ਵਧਾਉਣੀ ਤੁਸੀਂ ਸੋਚੋ, ਇਹ ਡਿਮਾਂਡ ਉਹਨਾਂ ਦੀ 100% ਜਾਏ। ਫਿਰ ਦੂਜੀ ਗੱਲ ਹੈ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ, ਉਹ ਵਾਰ ਵਾਰ ਪਟਿਆਲੇ ਜਾਂਦੇ ਆ, ਰੈਲੀਆਂ ਕਰਦੇ ਆ, ਤੁਸੀਂ ਟਾਈਮ ਦੇ ਕੇ ਉਹਨਾਂ ਨਾਲ ਗੱਲ ਕਿਉਂ ਨਹੀਂ ਕਰਦੇ।